ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਇਸ ਨਵੀਂ ਅਪਡੇਟ ਵਿੱਚ। ਸੋ ਟੂਰਿਸਟ ਵੀਜ਼ਾ ਦੀ ਗੱਲ ਕਰਾਂਗੇ, ਕੈਨੇਡਾ ਟੂਰਿਸਟ ਵੀਜ਼ਾ ਨੂੰ ਲੈ ਕੇ ਇੱਕ ਪੋਜ਼ਿਟਿਵ ਨਿਊਜ਼ ਹੈ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ। ਕੀ ਨਿਊਜ਼ ਹੈ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਐਂਡ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਕਿਸੇ ਵੀ ਤਰ੍ਹਾਂ ਦੀ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਅਗਰ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ, ਤੁਸੀਂ ਵੀਜ਼ਾ ਆਫਿਸ ਦੀ ਟੀਮ ਨੂੰ ਕਾਲ ਕਰ ਸਕਦੇ ਹੋ 90410 90410। ਸਾਡੇ ਇੰਸਟਾਗ੍ਰਾਮ ਪੇਜ ਐਂਡ ਯੂਟਿਊਬ ਐਂਡ ਫੇਸਬੁੱਕ ਨੂੰ ਤੁਸੀਂ ਲਾਈਕ ਅਤੇ ਫੋਲੋ ਕਰ ਲਾ ਅਤੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇੱਦਾਂ ਦੀਆਂ ਲੇਟੈਸਟ ਜਿਹੜੀਆਂ ਅਪਡੇਟ ਨੇ ਉਹ ਤੁਹਾਡੇ ਤੱਕ ਟਾਈਮਲੀ ਪਹੁੰਚਦੀ ਰਹਿਣ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਪਲੀਕੇਸ਼ਨ ਨੂੰ ਲੈ ਕੇ। ਤਾਂ ਜੀ ਹਾਂ, ਐਪਲੀਕੇਸ਼ਨ ਜਿਹੜੀਆਂ ਲੱਗ ਰਹੀਆਂ ਨੇ, ਫੈਮਿਲੀ ਕੇਸ ਜਿਹੜੇ ਰਿਜ਼ਲਟ ਨੇ ਉਹਦੇ ਜਲਦੀ ਆ ਰਹੇ ਨੇ। ਈਵਨ ਕੁਛ ਹੋਟਲ ਲਾਈਨ ਦੇ ਜਿਹੜੇ ਕੇਸਿਸ ਨੇ ਉਹਨਾਂ ਦੇ ਰਿਜ਼ਲਟ ਵੀ ਆਉਣੇ ਸਟਾਰਟ ਹੋ ਚੁੱਕੇ ਹਨ। ਨਵੀਂ ਜਿਹੜੀ ਅਪਡੇਟ ਹੈ, ਕਿਉਂਕਿ ਜਿਹੜਾ ਟਰੈਵਲਰ ਸੀਗਾ, ਸਭ ਨੂੰ ਪਤਾ ਹੈ ਕਿ ਫੁੱਲੀ ਵੈਕਸੀਨੇਟਡ ਲੋਕ ਜਿਹੜੇ ਉਹ ਟਰੈਵਲ ਕਰ ਸਕਦੇ, ਬਟ ਟਰੈਵਲ ਦਾ ਜਿਹੜਾ ਐਕਸਪੈਂਸ ਸੀਗਾ ਵਿਜ਼ਟਰ ਵੀਜ਼ਾ ਵਾਲਿਆਂ ਲਈ ਉਹ ਕਾਫੀ ਹਾਈ ਸੀਗਾ, ਕਿਉਂਕਿ ਜਿਨ੍ਹਾਂ ਦੇ ਵੀਜ਼ੇ ਆ ਵੀ ਰਹੇ ਸੀਗੇ ਉਹ ਕਿਸੇ ਨਾ ਕਿਤੇ ਇਸ ਵੇਲੇ ਟਰੈਵਲ ਕਰਨ 'ਚ ਜਿਹੜੇ ਸਮਰਥ ਨਹੀਂ ਸੀਗੇ, ਕਿਉਂਕਿ ਫਲਾਈਟ ਦੇ ਜਿਹੜੇ ਰੇਟ ਸੀਗੇ ਉਹ ਕਾਫੀ ਜ਼ਿਆਦਾ ਸੀ। ਹੁਣ ਉਹਦੇ ਉੱਪਰ ਵੀ ਇੱਕ ਵਧੀਆ ਪੋਜ਼ਿਟਿਵ ਨਿਊਜ਼ ਆ ਚੁੱਕੀ ਹੈ ਕਿ ਏਅਰ ਕੈਨੇਡਾ ਵੱਲੋਂ ਐਕਸਟਰਾ ਜਿਹੜੀਆਂ ਫਲਾਈਟਸ ਨੇ, ਕਿਉਂਕਿ ਫੈਸਟਿਵ ਸੀਜ਼ਨ ਅੱਗੇ ਆ ਰਿਹਾ, ਕਿਸੇ ਦੇ ਪੇਰੈਂਟਸ ਨੇ ਜਾਣਾ ਹੈ ਬੱਚਿਆਂ ਨੂੰ ਮਿਲਣ, ਸੋ ਕਈਆਂ ਨੇ ਉੱਧਰੋਂ ਬੱਚਿਆਂ ਨੇ ਵੀ ਆਉਣਾ ਹੁੰਦਾ, ਤਾਂ ਏਅਰ ਕੈਨੇਡਾ ਨੇ ਐਕਸਟਰਾ ਜਿਹੜੀਆਂ ਫਲਾਈਟਸ ਨੇ ਉਹ ਅਨਾਊਂਸ ਕਰਤੇ ਆ। ਮਤਲਬ ਹੁਣ ਜਿਹੜੇ ਵੀਜ਼ਾ ਅਪਲਾਈ ਕਰਦੇ ਨੇ, ਵੀਜ਼ਾ ਜਿਨ੍ਹਾਂ ਦਾ ਲੱਗਦਾ, ਉਹਨਾਂ ਦੀ ਟਰੈਵਲਿੰਗ ਕੋਸਟ ਵੀ ਘੱਟ ਜਾਏਗੀ। ਹੁਣ ਤੁਹਾਨੂੰ ਲੱਖ ਡੇਢ ਲੱਖ ਦੀ ਟਿਕਟ ਲੈਣ ਦੀ ਲੋੜ ਨਹੀਂ ਪਏਗੀ। ਸੋ ਨਵੀਂ ਅਪਡੇਟ ਦੇ ਵਿੱਚ 3 ਡਾਇਰੈਕਟ ਫਲਾਈਟ ਤੇ ਮੋਂਟਰੀਅਲ ਵਾਸਤੇ ਸਟਾਰਟ ਹੋਈਆਂ, ਤੇ ਜਿਹੜੀਆਂ ਕੈਨੇਡਾ ਨੂੰ ਫਲਾਈਟ ਜਾਂਦੀ ਸੀ ਟੋਰਾਂਟੋ ਨੂੰ, ਕਿਉਂਕਿ ਜਿਹੜਾ ਟੂਰਿਜ਼ਮ ਸੈਕਟਰ ਦੀ ਗੱਲ ਕਰੀਏ ਤਾਂ ਸਾਰੇ ਮੈਕਸੀਮਮ ਟੋਰਾਂਟੋ ਸਾਈਡ ਹੀ ਜਾਂਦੇ, ਕਿਉਂਕਿ ਟੂਰਿਜ਼ਮ ਵਾਸਤੇ ਟੋਰਾਂਟੋ ਹੀ ਇੱਕ ਹੱਬ ਹੈ। ਤਾਂ ਟੋਰਾਂਟੋ ਵਾਸਤੇ ਜਿਹੜੀਆਂ ਹੁਣ ਵੀਕਲੀ ਫਲਾਈਟਸ ਨੇ ਉਹ ਵਧਾ ਕੇ 10 ਕਰਤੀਆਂ। ਜੀ ਹਾਂ, 10 ਫਲਾਈਟ ਜਿਹੜੀਆਂ ਵੀਕਲੀ ਜਾਣਗੀਆਂ 15 ਅਕਤੂਬਰ ਤੋਂ ਇਹ ਚੀਜ਼ ਇੰਪਲੀਮੈਂਟ ਹੋ ਰਹੀ ਹੈ। 3 ਫਲਾਈਟ ਜਿਹੜੀਆਂ ਨੇ ਉਹ 31 ਅਕਤੂਬਰ ਤੋਂ ਜਿਹੜੀਆਂ ਨੇ ਉਹ ਮੋਂਟਰੀਅਲ ਵਾਸਤੇ ਵੀ ਜਿਹੜੀਆਂ ਕਿਊਬਿਕ ਜਿਨ੍ਹਾਂ ਨੇ ਜਾਣਾ ਹੁੰਦਾ ਉਹ ਵੀ ਸਟਾਰਟ ਹੋਣ ਜਾ ਰਹੀ ਹੈ। ਮਤਲਬ ਕਿ ਟਿਕਟਾਂ ਜਿਹੜੀਆਂ ਨੇ ਹੁਣ ਪ੍ਰਾਈਜ਼ ਵੀ ਘੱਟ ਆ ਜਾਣਗੇ, ਜਿਨ੍ਹਾਂ ਦੇ ਵੀਜ਼ੇ ਅਪਲਾਈ ਹੁੰਦੇ ਰਿਜ਼ਲਟ ਆਉਂਦੇ ਆ ਤਾਂ ਉਹ ਟਰੈਵਲ ਵੀ ਕਰ ਪਾਣਗੇ ਲੋਅ ਕੋਸਟ ਦੇ ਉੱਪਰ, ਲੋਅ ਫੇਅਰ ਦੇ ਉੱਪਰ। ਤੇ ਵਧੀਆ ਨਿਊਜ਼ ਹੈ ਟੂਰਿਜ਼ਮ ਇੰਡਸਟਰੀ ਵਾਸਤੇ ਵੀ ਕਿ ਕ੍ਰਿਸਮਿਸ ਨਿਊ ਈਅਰ ਤੇ ਕਾਫੀ ਲੋਕਾਂ ਨੇ ਪਲਾਨ ਬਣਾਉਣਾ ਸੀਗਾ, ਹੁਣ ਫਲਾਈਟ ਵੀ ਤੁਹਾਨੂੰ ਡਾਇਰੈਕਟਲੀ ਮਿਲ ਜਾਣਗੀਆਂ। ਜਿਨ੍ਹਾਂ ਨੇ ਫੁੱਲੀ ਵੈਕਸੀਨੇਟ ਮਤਲਬ ਕੋਵਿਸ਼ੀਲਡ ਦੀ ਜਿਨ੍ਹਾਂ ਨੇ ਵੈਕਸੀਨ ਲਗਾਈ ਹੋਈ ਦੋਵੇਂ ਡੋਜ਼, ਉਹ ਟਰੈਵਲ ਕਰ ਪਾਣਗੇ ਕੁਆਰੰਟੀਨ ਫ੍ਰੀ। ਬਟ ਸਟਿਲ ਬਾਕੀ ਕੈਟਾਗਰੀ ਹੁੰਦਾ, ਕਿਉਂਕਿ ਕਈ ਮੈਡੀਕਲ ਇਸ਼ੂ ਕਰਕੇ ਨਹੀਂ ਲਗਾ ਸਕਦੇ, ਤਾਂ ਉਹ ਟਰੈਵਲ ਐਗਜ਼ੈਂਪਸ਼ਨ ਦੇ ਅੰਦਰ ਜਿਨ੍ਹਾਂ ਦੇ ਉੱਥੇ ਬੱਚੇ ਵਗੈਰਾ ਪੀਆਰ ਹੈਗੇ ਨੇ ਤਾਂ ਉਸ ਕੈਟਾਗਰੀ ਅੰਦਰ, ਕਿਉਂਕਿ ਟੂਰਿਜ਼ਮ ਵਾਸਤੇ ਕੰਡੀਸ਼ਨ ਹੈ, ਲੇਕਿਨ ਅਗਰ ਤੁਸੀਂ ਪੀਆਰ ਵਗੈਰਾ ਤੁਹਾਡਾ ਉੱਥੇ ਬੱਚਾ ਕੋਈ ਹੈਗਾ ਤਾਂ ਤੁਸੀਂ ਉਹ ਟਰੈਵਲ ਐਗਜ਼ੈਂਪਸ਼ਨ ਦੇ ਥਰੂ ਵੀ ਕੈਟਾਗਰੀ 'ਚ ਆ ਜਾਓਗੇ, ਤਾਂ ਤੁਸੀਂ ਜਿਹੜਾ ਕੁਆਰੰਟੀਨ ਕਰਕੇ ਵੀ ਟਰੈਵਲ ਜਿਹੜਾ ਕਰ ਪਾਓਗੇ। ਹੁਣ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਐਪਲੀਕੇਸ਼ਨ ਟੂਰਿਸਟ ਵੀਜ਼ਾ ਦਾ ਆਨਲਾਈਨ ਲੱਗ ਰਿਹਾ, ਕਿਉਂਕਿ ਪੇਪਰ ਬੇਸਡ ਫਾਈਲ ਐਕਸੈਪਟ ਨਹੀਂ ਹੋਣੀਆਂ। ਕਈ ਕਲਾਇੰਟਸ ਦੀ ਕੁਐਰੀ ਆਉਂਦੀ ਹੈ ਕਿ ਪੇਪਰ ਬੇਸਡ ਕਦੋਂ ਸਟਾਰਟ ਹੋਣਗੇ, ਅਸੀਂ ਪਹਿਲਾਂ ਵਾਂਗ ਪੇਪਰ ਪੂਰੇ ਭਰ ਕੇ ਫਾਈਲ 'ਚ ਰੈਡੀ ਕਰਕੇ ਉਹ ਜਮ੍ਹਾਂ ਕਰਵਾਉਣ ਕਦੋਂ ਜਾਵਾਂਗੇ। ਤਾਂ ਦੇਖੋ, ਕੈਨੇਡਾ ਜਿਹੜਾ ਸਿਸਟਮ ਹੈ ਨਾ, ਚਾਹੇ ਕਿਸੇ ਵੀ ਕਲਾਸ ਦੀ ਐਪਲੀਕੇਸ਼ਨ ਦੀ ਗੱਲ ਕਰੀਏ, ਉਹ ਆਨਲਾਈਨ ਕਰ ਚੁੱਕੀ ਹੈ। ਹੁਣ ਬਹੁਤ ਘੱਟ ਉਮੀਦ ਹੈ ਕਿ ਉਹ ਪੇਪਰ ਬੇਸਡ ਫਾਈਲ ਨੂੰ ਐਕਸੈਪਟ ਕਰਨ, ਕਿਉਂਕਿ ਜਿਨ੍ਹਾਂ ਦੀਆਂ ਪੈਂਡਿੰਗ ਵੀ ਸੀਗੀਆਂ ਪੇਪਰ ਬੇਸਡ, ਉਹਨਾਂ ਦੇ ਰਿਜ਼ਲਟ ਅਜੇ ਨਹੀਂ ਆਉਣੇ, ਕਿਉਂਕਿ ਉਹਨਾਂ ਨੇ ਪ੍ਰੋਸੈਸਿੰਗ ਨਹੀਂ ਕਰਨੀ। ਫਾਸਟ ਪ੍ਰੋਸੈਸਿੰਗ ਵਾਸਤੇ ਉਹਨਾਂ ਨੇ ਆਨਲਾਈਨ ਹੀ ਸਿਸਟਮ ਲਾਂਚ ਕੀਤਾ ਹੋਇਆ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਜੇ ਰਿਜ਼ਲਟ ਦੀ ਗੱਲ ਕਰੀਏ ਤਾਂ ਜਿਹੜੇ ਫੈਮਿਲੀ ਕੇਸ ਹੈਗੇ ਨੇ ਉਹਨਾਂ ਦੇ ਵਿੱਚ ਰਿਜ਼ਲਟ ਕਾਫੀ ਫਾਸਟ ਆ ਰਹੇ ਨੇ, 15-15-20 ਦਿਨ ਦੇ ਅੰਦਰ ਅੰਦਰ ਆਫਟਰ ਬਾਇਓਮੈਟ੍ਰਿਕ ਜਿਹੜੇ ਤੁਹਾਡੇ ਆ ਉਹ ਰਿਜ਼ਲਟ ਆ ਜਾਂਦੇ। ਚੈਲੇਂਜ ਰਹੇਗਾ ਬਾਇਓਮੈਟ੍ਰਿਕ ਨੂੰ ਲੈ ਕੇ, ਕਿਉਂਕਿ ਤਾਂ ਇਹ ਤੁਹਾਡਾ ਪਲਾਨ ਆ, ਕਿਉਂਕਿ ਸਾਡੇ ਕੋਲ ਕਈ ਵਾਰ ਕਲਾਇੰਟ ਆਉਂਦੇ ਜੀ ਅਸੀਂ ਦਸੰਬਰ 'ਚ ਜਾਣਾ। ਮੈਂ ਕਾਫੀ ਟਾਈਮ ਤੋਂ ਵੀਡੀਓ ਜਰੀ ਅਪਡੇਟ ਕਰ ਰਿਹਾ ਕਿ ਅਗਰ ਦਸੰਬਰ 'ਚ ਵੀ ਜਾਣਾ ਤਾਂ ਤੁਹਾਨੂੰ 3-4 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਣਾ, ਜੋ ਫਸਟ ਟਾਈਮ ਅਪਲਾਈ ਕਰ ਰਹੇ ਨੇ। ਚਾਹੇ ਤੁਹਾਡਾ ਵੀਜ਼ਾ ਜਿਹੜਾ 18 ਤੋਂ ਪਹਿਲਾਂ ਲੱਗਾ ਵੀ ਹੋਇਆ ਸੀ ਉਦੋਂ ਬਾਇਓਮੈਟ੍ਰਿਕ ਨਹੀਂ ਹੁੰਦੇ ਸੀ, ਰੀਅਪਲਾਈ ਵੀ ਕਰਨਾ ਤਾਂ ਤੁਸੀਂ ਆਪਣੇ ਟਰੈਵਲ ਪਲਾਨ ਤੋਂ 4-6 ਮਹੀਨੇ ਪਹਿਲਾਂ ਆਪਣੀ ਐਪਲੀਕੇਸ਼ਨ ਲਗਾਓ, ਕਿਉਂਕਿ ਤੁਹਾਡੇ ਬਾਇਓਮੈਟ੍ਰਿਕ ਵੀ ਹੋਣੇ ਆ, ਬਾਇਓਮੈਟ੍ਰਿਕ ਨੂੰ ਟਾਈਮ ਲੱਗਣਾ। ਸੋ ਇਹਨਾਂ ਚੀਜ਼ਾਂ ਸਮਝੋ, ਅਗਰ 6 ਮਹੀਨੇ ਬਾਅਦ ਵੀ ਜਾਣਾ ਤਾਂ ਰਾਈਟ ਟਾਈਮ ਤੁਹਾਡਾ ਹੁਣੇ ਅਪਲਾਈ ਕਰਨ ਦਾ। ਸੋ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਜ਼ਾ ਆਫ ਦੀ ਟੀਮ ਨੂੰ ਆ ਕੇ ਮਿਲ ਸਕਦੇ ਹੋ, ਮੈਨੂੰ ਆ ਕੇ ਤੁਸੀਂ ਮਿਲ ਸਕਦੇ ਹੋ, ਅੰਮ੍ਰਿਤਸਰ ਆਫਿਸ, ਲੁਧਿਆਣਾ ਆਫਿਸ, ਲੁਧਿਆਣਾ ਐਂਡ ਜਲੰਧਰ ਆਫਿਸ, ਤੁਸੀਂ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੋ। ਸੋ ਵੈਰੀ ਸੂਨ ਅਸੀਂ ਕਰਨਾਲ ਵੀ ਆਫਿਸ ਓਪਨ ਕਰਨ ਜਾ ਰਹੇ ਹਾਂ, ਬਾਅਦ 'ਚ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ। ਸੋ ਵਿਜ਼ਟਰ ਵੀਜ਼ਾ ਨੂੰ ਪ੍ਰੋਫਾਈਲ ਵਾਈਜ਼ ਚੀਜ਼ਾਂ ਚੇਂਜ ਹੁੰਦੀਆਂ ਨੇ, ਕਿਉਂਕਿ ਟਾਈਮ ਲਿਮਿਟਡ ਹੁੰਦਾ। ਸੋ ਪ੍ਰੋਫਾਈਲ ਵਾਈਜ਼ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕਿਤੇ ਰਿਫਿਊਜ਼ਲ ਲੱਗ ਚੁੱਕੀ ਹੈ, ਰੀਅਪਲਾਈ ਕਰਨਾ ਹੈ, ਕਨਫਿਊਜ਼ ਹੋ ਕੇ ਸਪੋਂਸਰਸ਼ਿਪ ਤੇ ਕਰੀ ਜਾਂ ਹੋਟਲ ਬੁਕਿੰਗ ਦੇ ਉੱਪਰ ਕਰੀਏ, ਪੁਰਾਣੇ ਰੀਜ਼ਨ ਨਹੀਂ ਸਮਝ ਆ ਰਹੇ, ਕਿੱਦਾਂ ਇੰਪਰੂਵ ਕਰਕੇ ਲਗਾਉਣਾ ਚਾਹੁੰਦੇ ਹੋ, ਕਿਹੜੀ ਕਿਹੜੀ ਡਾਕੂਮੈਂਟੇਸ਼ਨ ਲਗਾਉਣਾ, ਤੁਹਾਡੀ ਪ੍ਰੋਫਾਈਲ ਹੈ ਜਾਂ ਤੁਹਾਡਾ ਜਿਹੜੇ ਫਾਈਲ ਹੈ ਉਹ ਸੋਲਿਡ ਹੋ ਸਕਦੀ ਹੈ, ਵੀਜ਼ਾ ਦੇ ਚਾਂਸ ਵੱਧ ਸਕਦੇ ਨੇ, ਕਿੱਦਾਂ ਦਾ ਤੁਹਾਡਾ ਟਰੈਵਲ ਪਲਾਨ ਹੋਣਾ ਚਾਹੀਦਾ, ਸਾਰੇ ਸਵਾਲਾਂ ਦੇ ਜਵਾਬ ਸਾਡੀ ਟੀਮ ਤੁਹਾਨੂੰ ਪ੍ਰੋਵਾਈਡ ਕਰੇਗੀ। ਅੱਜ ਹੀ ਤੁਸੀਂ ਕਾਲ ਕਰ ਸਕਦੇ ਹੋ 90410